20 22 ਮਿੰਟ ਦਾ ਕਲਿੱਪ ਲੈਦਾ ਹੋ ਗਿਆ ਅੱਛਾ ਮੈਂ ਮੇਰਾ ਵੀ ਕਲਿੱਪ ਲੈਦਾ ਹੋ ਗਿਆ ਮੈਂ ਕਿਹਾ ਪੁੱਛ ਲਵਾਂ ਇਹ ਦੱਸ ਸਕਦੇ ਡਾਕਟਰ ਸਾਹਿਬ ਦਾ ਆ ਤੇ ਦੱਸ ਤੇ ਯਾਰ ਉੱਤੋਂ ਅਮੀਰ ਨੂੰ ਇੱਧਰ ਦੇ ਵੀ ਜਾ ਡਾਕਟਰ ਤੂੰ ਚੰਗਾ ਰਹਿ ਗਿਆ ਭੈਣ ਤੋਂ ਮਰੇ ਮੈਂ ਉਹ ਭੈਣ ਤੋਂ ਬੋਲਾਂ ਤੂੰ ਡਾਕਟਰ ਯਕੀਨ ਕਰ ਲਾ ਕੱਲੀ ਬਖਸ਼ ਬਗੈਰ ਤੋਂ ਪਾਇਆ ਗਿਆ
ਸੀ ਯਾਰ ਮੈਂ ਤਾਂ ਤੁੱਤੇ ਬੰਦ ਕਰ ਭਾਜੀ ਅੱਧੇ ਘੰਟੇ ਦੀ ਵੀਡੀਓ ਤੇ ਬਣ ਚੁੱਕੀ ਹੈ ਵੈਸੇ ਕੈਸੀ ਗੱਲ ਹੈ ਰਸਤਾ ਵੀ ਇਹ ਉਹ ਤਾਂ ਖਤਰਨਾਕ ਹੈ ਤੇ ਲੋਕ ਜਾਂਦੇ ਵੀ ਜ਼ਿਆਦਾ ਇੱਧਰ ਆ ਜੇ ਉਹ ਸਾਈ ਦਾ ਰਸਤਾ ਹੈਗਾ ਮੈਂ ਜੀਤ ਸੈਫਲ ਮਲੂਕ ਵਰਗਾ ਉੱਥੇ ਜਾਂਦਾ ਹੀ ਕੌਣ ਕੋਈ 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 ਪਲੇਨ ਜਗ੍ਹਾ ਹੈ ਉਹ ਤਾਂ ਪਲੇਨ ਜਗ੍ਹਾ ਹੈ ਨਾ ਬਹੁਤ ਖਤਰਨਾਕ ਹੈ ਹਾਂ ਉਹ ਤਾਂ ਪਲੇਨ ਹੈ ਸਾਰਾ ਉੱਧਰ ਲੋਕ ਕੰਮ ਜਾਂਦੇ ਇੱਧਰ ਜ਼ਿਆਦਾ ਜਾਂਦੇ ਹੈ ਉੱਪਰ ਮਜ਼ੇ ਕਾ ਜਗ੍ਹਾ ਅੱਛਾ ਇਹ ਤਾਂ ਦਿਓ ਸਾਹਿਬ ਵੀ ਤਾਂ ਉੱਪਰ ਬਹੁਤ ਬਿਹਤਰੀਨ ਹੈ ਤਾਂ ਵਾਹ ਪਤਾ ਨਹੀਂ ਕਿਸੇ ਨੇ ਕਾਟੇਜ ਵਗੈਰਾ ਬਣਾਏ ਹਾਲਾਂਕਿ ਮੇਰੇ ਹਿਸਾਬ ਸੇ ਉਸਕਾ ਰਸਤਾ ਆਸਾਨ ਹੈ ਈਜ਼ੀ ਹੈ ਤਾਂ ਫੈਮਲੀਓ ਕੇ ਲੀਏ ਵਾਹ ਪੇ ਕਾਟੇਜ ਬਣਨੇ ਚਾਹੀਏ ਵਾਹ ਪੇ ਰਿਹਾਇਸ਼ ਕਾ ਇੰਤਜ਼ਾਮ ਹੋਣਾ ਚਾਹੀਏ ਦਿਓ ਸਾਹਿਬ ਇੱਥੇ ਫੈਮਲੀਆਂ ਬੁੱਢੀਆਂ ਦੇ ਚੀਕਾਂ ਨਿਕਲ ਜਾਣੀਆਂ ਇੱਥੇ ਯਾਰ ਜੋ ਲੇਡੀਜ਼ ਜਾਤੀ ਹੈ ਲੜਕੀਆਂ ਵਗੈਰਾ ਉਹ ਖਮੋਸ਼ੀ ਤੇ ਚੱਲ ਜਾਂਦੀ ਕਿ ਚੀਖੇ ਮਾਰਦੀ ਹੈ ਗਾਣਾ ਸ਼ਾਣਾ ਕਰਦੀ ਹੈ ਠੀਕ ਹੈ ਜੀ ਸਾਲਾਂ 'ਚ ਬੜੇ ਬੜੇ ਰਾਹ ਵੇਖੇ
ਬੜੇ ਔਖੇ ਉਤਰੋਗੇ ਫਿਰ ਤੂੰ ਚੜੋਗੇ ਬੈਠੇ ਰਹੋ ਆਰਾਮ ਨਾਲ ਅੱਛਾ ਜੀ ਅਬ ਆਪਕੇ ਵੀ ਥੋੜੇ ਸੇ ਨਾ ਜੀ ਇਮਰਾਨ ਭਾਈ क्या व्यू है आपका रास्ते के बारे में अभी कुछ नहीं बोल अभी हम कुछ नहीं बोलता भाई जाके बोलेंगे भाई अभी सांस चढ़ा हुआ है दिल की धड़कने हमारी तेज है कमी साहब जबरदस्त रास्ता दुनिया का ये एक नंबर का खतरनाक रास्ता है पाकिस्तान में सबसे खतरनाक रास्ता है लोग दूसरे नंबर पे बता रहे हैं ये एक नंबर पे यानी कि इससे नाजा रहा है कि आपकी इतनी फटी पड़ी नहीं नहीं आना चाहिए इधर जबरदस्त व्यू है जी मेरे हिसाब से भी काफी खतरनाक रास्ता है लेकिन फिर भी एडवेंचर ए वन एडवेंचर है एडवेंचर की एक्सट्रीम है एक्सट्रीम जीप में पानी डाला जा रहा है